ਹਾਂਜੀ ਗਾਂਧੀ ਜੀ, ਤੁਸੀਂ ਅੱਜ ਲੰਗਰ ਲਗਾਇਆ, ਕਿਸ ਉਪਲਕਸ਼ 'ਚ ਲੰਗਰ ਲਗਾਇਆ ਇਹ ਤੁਸੀਂ ਦੱਸਣਾ, ਤੁਸੀਂ ਸਾਰਾ ਦੱਸੋ ਅੱਜ ਕੀ ਕਰ ਰਹੇ ਹੋ। ਹਾਂਜੀ ਗਾਂਧੀ ਜੀ। ਹਾਂਜੀ ਸਰ, ਮੈਂ ਲੰਗਰ ਲਾਇਆ ਰਾਮ ਮੰਦਰ ਦੀ ਸਥਾਪਨਾ ਦੇ, ਅਤੇ ਬਾਕੀ ਮੇਰੇ ਸਾਰੇ ਭਰਾ ਮੇਰਾ ਸਾਥ ਦਿੱਤਾ ਤਾਂ ਕਰਕੇ ਲੰਗਰ ਪੂਰਨ ਹੋਇਆ, ਅਤੇ ਇਸ ਤੋਂ ਅੱਗੇ ਮੈਂ ਕੀ ਬੋਲਣਾ। ਜੈ ਸ਼੍ਰੀ ਰਾਮ।